ਸੋ ਪੇਂਟਿੰਗ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਕਰ ਦਿੱਤੀ ਆ ਮੈਂ ਸਟਾਰਟ। ਸੋ ਇੱਕ ਹਫ਼ਤੇ ਦੇ ਵਿੱਚ ਵਿੱਚ, ਬਾਕੀ ਡਿਪੈਂਡ ਕਰਦਾ ਟਾਈਮ 'ਤੇ, ਸੋ ਕੰਪਲੀਟ ਹੋ ਜਾਏਗੀ। ਸੋ ਯੂਟਿਊਬ ਦੇ ਉੱਤੇ ਜਦੋਂ ਮੈਂ ਸ਼੍ਰੀ ਗੁਰੂ ਬਾਬਾ ਦੀਪ ਸਿੰਘ ਜੀ ਦੀ ਪੇਂਟਿੰਗ ਬਣਾਈ ਸੀਗੀ ਤਾਂ ਕਾਫ਼ੀ ਮੈਨੂੰ ਅੱਛੇ ਵਿਊਜ਼ ਆਏ ਅਤੇ ਸਬਸਕ੍ਰਾਈਬਰ ਵੀ ਕਾਫ਼ੀ ਮੇਰੇ ਇਨਕਰੀਜ਼ ਹੋ ਗਏ ਨੇ। ਸੋ ਹੁਣ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਪੇਂਟਿੰਗ ਆ, ਸੋ ਇਹ ਵੀ ਮੈਂ ਕੋਸ਼ਿਸ਼ ਕਰਾਂਗਾ ਕਿ 100% ਪ੍ਰੋਪਰ ਵਧੀਆ ਤਰੀਕੇ ਨਾਲ ਇੱਕਦਮ ਰੀਅਲਿਸਟਿਕ ਬਣਾਵਾਂ, ਜਿੱਦਾਂ ਕਿ ਬਾਬਾ ਦੀਪ ਸਿੰਘ ਜੀ ਦੀ ਬਣਾਈ ਸੀਗੀ। ਵਾਹਿਗੁਰੂ।